मामला तो ये साढ़े छोटे ब्रदर की दुकान है उपर मेरे जीजे की जी शॉप है मतलब ये भैया किराए से रहते ने काम काज से गए ही इन्हों ने मगरों ए मुंडा ए तिने जने ने इन्हों तिना ने रल के तू चोर ताला तोड़िया ताला चोर तोड़ के सिलेंडर किन्ने के बजे दाखिल हो घर के अंदर ਇਹ ਏਦਾਂ ਨਾ ਦੁਕਾਨ ਹੈ ਦੁਕਾਨ ਦੀ ਰੂਟੀਨ ਦੇ ਵਿੱਚ ਅੰਦਰ ਬਾਹਰ ਆਉਂਦੇ ਜਾਂਦੇ ਕਿ ਵੀ ਚਲੋ ਯਾਰ ਆਪਾਂ ਸਲੂਨ ਤੇ ਆਏ ਹਾਂ ਕੋਈ ਕੰਮ ਕਰਾਉਣਾ ਕਿਸੇ ਨੇ ਇਹ ਵੀ ਸਮਝਣਾ ਪਰ ਇਹਨਾਂ ਦੀ ਕਿਤੇ ਤਾਕ ਹੈਗੀ ਸੀ ਇਹਨਾਂ ਨੇ ਦੇਖਿਆ ਕਿ ਭਈ ਨਹੀਂ ਇੱਥੇ ਹੈਗੇ ਇਹਨਾਂ ਨੇ ਮਗਰੂ ਤਾਲਾ ਤੋੜਿਆ ਤੇ ਸਲੂਨ ਨਹੀਂ ਬੜੇ ਜਿਹਨਾਂ ਪੌੜੀ ਹੈ ਜਿਹਨਾਂ ਦਾ ਸਲੂਨ ਉਹਨਾਂ ਦੇ ਘਰ ਚ ਬੜੇ ਹੈ ਹਾਂ ਇਹ ਬੜੇ ਛੋਟੇ ਬ੍ਰਦਰ ਛੋਟੇ ਬ੍ਰਦਰ ਜੀਜੇ ਸਾਡੇ ਦਾ ਪੂਰੀ ਲਾਇਆ ਕੀ ਮਤਲਬ ਇਹਨਾਂ ਨੇ ਸਿਲੰਡਰ ਸਿਲੰਡਰ ਲਾ ਕੇ ਇਹਨਾਂ ਨੇ 1400 ਰੁਪਏ ਤੋਂ ਬਾਅਦ ਜਾ ਕੇ ਵੇਚਿਆ ਜਿਹਦੇ ਵਿੱਚ ਅੱਛਾ ਵੇਚ ਦਿੱਤਾ ਹਾਂਜੀ ਵੇਚ ਦਿੱਤਾ ਇਹ ਬੰਦੇ ਨੇ ਇਹ ਇੱਕ ਭਈਏ ਰਾਣੀ ਲੇਡੀ ਸੇ ਉਹਨੂੰ ਸਿਲੰਡਰ ਵੇਚ ਕੇ ਆਏ ਨੇ ਉਹ ਕਿੱਥੇ ਆਏ ਤੁਹਾਨੂੰ ਵੀ ਦਬਨ ਲੱਗਿਆ ਚੀਜ਼ ਦਾ ਜਦੋਂ ਇਹਨਾਂ ਨੇ ਨਸ਼ਾ ਕੀਤਾ ਸੀ ਤੇ ਇਹ ਸਵੇਰੇ ਇਦਾਂ ਦੀ ਗੱਲਾਂ ਕਰਨ ਲੱਪੇ ਬ੍ਰਦਰ ਦੇ ਨਾਲ ਕਿ ਵੀ ਆਪਾਂ ਅੱਜ ਇਦਾਂ ਕਰਨਾ ਅੱਜ ਉਦਾਂ ਕਰਨਾ ਜਦੋਂ ਉਹਨੇ ਥੋੜਾ ਦਾਬੇ ਨਾਲ ਕਰੇਗਾ ਯਾਰ ਉਹਨਾਂ ਦਾ ਸਿਲੰਡਰ ਇਦਾਂ ਚੱਕਿਆ ਫਿਰ ਇਹ ਨਾਲ ਹੀ ਮੰਨ ਗਏ छोटी उम्र क्यों कर दे आले काम की होया तुहानूं ब्रदर की नाम की तुहाडा है सल्लू सल्लू जी क्यों कर दे इदां दी घटना क्यों कीती तुसीं नहीं भाई इन्होंने दुमाने कीती किहना कीती नशा वगैरह कर दे तुसीं करते हो नशा किस चीज का हाँ जी मतलब चिट्टा लाने हो बस चिट्टा ला करके सिलेंडर जरा चोरी किया किन्नी देर तो नशा एक मिनट किन्नी देर तो नशा कर रहे हो मतलब 5-6 महीने तो नशा कर रहे हो तीनों करते थे नशा तो किन्नी मतलब किन्नी घटना अगे वारदात अंजाम दिता हाँ जी ए जेड़ा तुसी सिलेंडर है वेचिया किन्नू सेल किया तुसी जाके अगे कित्थे दी है हाँ जी केड़ी अरे कैंप दी है तुसी इन्हां नूं ਬਾਰ ਦੱਸਿਆ ਉਹਨਾਂ ਦਾ ਉਹਨੂੰ ਪਤਾ ਸੀਗਾ ਚੋਰੀ ਦਾ ਸਿਲੰਡਰ ਨਹੀਂ ਨਹੀਂ ਉਹਨੂੰ ਪਤਾ ਸੀ ਤੁਸੀਂ ਚੋਰੀ ਕਰਕੇ ਲੈ ਕੇ ਆਏ ਕਿੱਥੋਂ ਲੈ ਕੇ ਆਏ ਹੋ ਨਹੀਂ ਭਾਈ ਹਾਂਜੀ ਨਹੀਂ ਤੁਸੀਂ ਪੜ੍ਹਾਈ ਛੱਡ ਦਿੱਤੀ ਹਾਂਜੀ ਭਾਈ ਕਿੰਨੀ ਕਲਾਸਾਂ ਪੜ੍ਹੇ ਹੋ 8 ਭਾਈ ਪੜ੍ਹਿਆ ਮਤਲਬ ਪੜ੍ਹਾਈ ਛੱਡ ਦਿੱਤੀ ਨਸ਼ੇ ਵਾਲ ਪੈ ਗਏ ਹਾਂਜੀ ਕਿਸੇ ਨੇ ਨਸ਼ਾ ਲਵਾਇਆ ਸੀ ਪਹਿਲੀ ਵਾਰੀ ਕਿੱਦਾਂ ਸ਼ੁਰੂ ਹੋਇਆ ਸੀ ਹਾਂਜੀ ਭਾਈ ਪੰਨੀ ਦੇ ਹੈ ਪਹਿਲਾਂ ਪੰਨੀ ਦੇ ਪਿੰਡਾ ਸੀ ਅੱਛਾ ਹੁਣ ਆਪਾਂ ਲਾਨੇ ਹੋ ਦੂਜਾ ਹਾਂਜੀ ਪੰਪ ਹਾਂਜੀ ਤੁਸੀਂ ਵੀ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਮਾਰ ਜਿਹੜੀ ਹੈ ਨੌਜਵਾਨਾਂ ਨੂੰ ਜਿਹੜੀ ਧਕੇਲਦੀ ਹੋਈ ਦੂਜੇ ਪਾਸੇ ਲੈ ਕੇ ਜਾ ਰਹੀ ਹੈ ਤੇ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੈ ਪੰਜਾਬ ਦੇ ਵਿੱਚ ਦੱਸਦੀ ਕਿ ਸ਼ੇਵਾ ਦਰਿਆ ਜਿਹੜਾ ਨਸ਼ੇ ਦਾ ਵਗਦਾ ਪਿਆ ਤੇ ਛੋਟੀਆਂ ਛੋਟੀਆਂ ਇਹਨਾਂ ਦੀ ਉਮਰ ਹੈ ਔਰ ਚਲੋ ਹੈ ਤਾਂ ਬੱਚੇ ਹੀ ਨੇ ਪਰ ਕਹਿਣ ਦਾ ਮਤਲਬ ਇਹਨਾਂ ਨੇ ਬੜੀ ਵੱਡੀ ਵਾਰਦਾਤ ਕਰ ਦਿੱਤੀ ਹੈ ਸਿਲੰਡਰ ਚੋਰੀ ਕਰਕੇ ਜਿਹੜਾ ਭਾਰਗਵ ਨਗਰ ਦੇ ਵਿੱਚ ਹੀ ਕਿਸੇ ਦੂਜੀ ਲੇਡੀਜ਼ ਕੋਈ ਸੀਗੀ ਜਿਹਨੇ ਇਹਨਾਂ ਕੋਲ 1400 ਦਾ ਸਿਲੰਡਰ ਖਰੀਦ ਲਿਆ ਤੁਸੀਂ ਨਾਲ ਹੁੰਦੇ ਹੋ ਇਹਨਾਂ ਦੇ ਜਿੱਦਾਂ ਘਟਨਾ ਜਦੋਂ ਕਰਦੇ ਹੋ ਨਹੀਂ ਹੈ ਨਹੀਂ ਤੇ ਪੈਸੇ ਵਗੈਰਾ ਕਿੱਦਾਂ ਆਉਂਦੇ ਨਸ਼ੇ ਲਈ चोरी ਨਸ਼ਾ ਕਰਦੇ ਨੇ
ਚੋਰੀਆਂ ਚਕਾਰੀਆਂ ਬਦਮਾਸ਼ੀ ਤੇ ਲੁੱਟ ਖੋਹ ਜਿਹੜੀ ਹੋਣ ਡਈ ਹੈ ਨਾ ਉਹ ਨਸ਼ੇ ਕਰਕੇ ਹੋਣ ਡਈ ਹੈ ਪੰਨੀ ਤੋਂ ਸ਼ੁਰੂ ਹੁੰਦੇ ਨੇ ਫਿਰ ਚਿੱਟੇ ਤੱਕ ਜਾਂਦੇ ਨੇ ਫਿਰ ਉਹ ਤੋਂ ਬਾਅਦ ਕਤਲਾਂ ਤੱਕ ਜਾਣ ਦੀ ਗੱਲ ਹੈ ਕਿ ਖੋਹਾਂ ਤੱਕ ਜਿਹੜੀ ਪਹੁੰਚਦੀ ਪਈ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਇਹਦੇ ਵੱਲ ਧਿਆਨ ਦੇਵੇ ਸਾਡੇ ਇੱਥੋਂ ਦੇ ਜਲੰਧਰ ਦੇ ਸੀਪੀ ਸਾਹਿਬ ਨੇ ਸਰਕਾਰ ਤੇ ਜੇ ਗੱਲ ਕਰੀਏ ਜੀ ਪੁਲਿਸ ਜਿਹੜੀ ਨੁੱਕੜ ਮੀਟਿੰਗਾਂ ਕਰ ਰਹੀ ਹੈ ਨਸ਼ੇ ਨੂੰ ਲੈ ਕੇ ਖਾਨਾਪੁਰ ਦੀ ਤੁਹਾਨੂੰ ਕੀ ਲੱਗਦਾ ਉਹਦਾ ਇਫੈਕਟ ਪੈ ਰਿਹਾ ਜੀ ਨਾ ਜੀ ਉਹਦਾ ਕੋਈ ਫਾਇਦਾ ਨਹੀਂ ਖਾਨਾਪੁਰ ਦੀ ਨਸ਼ਾ ਵੇਚਣ ਵਾਲੇ ਤਾਂ ਉਹਨਾਂ ਦੇ ਨਾਲ ਖਲੋਤੇ ਨੇ ਨਸ਼ਾ ਵਿਕਾਉਣ ਵਾਲੇ ਤਾਂ ਉਹਨਾਂ ਦੇ ਨਾਲ ਨੇ ਇਹ ਤਾਂ ਪੁਲਿਸ ਭਾਣ ਦੀ ਸਰਾਸਰ ਅੱਖਾਂ ਦੇ ਵਿੱਚ ਧੂੜ ਜੇ ਕਿਤੇ ਕੰਮ ਕਰਨਾ ਕਿਤੇ ਨਾ ਕਿਤੇ ਨਾਲ ਉਹਨਾਂ ਦੇ ਡੱਡਿਆਂ ਦੇ ਜਾਂਦੇ ਨੇ ਉਹਨਾਂ ਦੇ ਘਰਾਂ ਚ ਜਾਂਦੇ ਨੇ ਉਹਨਾਂ ਦੇ ਨਾਲ ਪਾਰਟੀਆਂ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਜੇ ਪੁਲਿਸ ਨੇ ਕੋਈ ਕੰਮ ਕਰਨਾ ਤਾਂ ਲੀਡਰ ਲੈ ਕੇ ਕਰਨ ਨਸ਼ਾ ਵੇਚਣ ਵਾਲੇ ਨਹੀਂ ਇੰਨਾ ਭਾਰੋ ਕੈਂਪ ਵੱਡਿਆ ਇੱਟ ਪੁੱਟੋ ਲੀਡਰ ਪੂਰੀ ਜੀ ਪੂਰੀ ਜੇ ਅਗਰ ਨੱਥ ਪਾਣੀ ਹੈ ਨਾ ਆਮ ਪਬਲਿਕ ਨੂੰ ਨਾਲ ਲੈ ਕੇ ਤੁਰਨਾ ਪਊਗਾ ਸੱਚੇ ਲੀਡਰ ਨੂੰ ਨਾਲ ਲੈ ਕੇ ਤੁਰਨਾ ਪਊਗਾ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਤਸਕਰ ਨੇ ਉਹੀ ਜਿਹੜੇ ਇਹਨਾਂ ਦੇ ਨਾਲ ਲੈ ਕੇ ਲਾ ਲਾਜੀ ਹੋਰ ਗੱਲ ਹੈ ਇਹਨਾਂ ਦੀ ਉਮਰ ਬਹੁਤ ਘੱਟ ਲੱਗਦੀ ਹੈ ਜਿਹੜਾ ਨਸ਼ਾ ਕਰਦੇ ਆ ਇੰਨੀ ਕੁ ਉਮਰ ਦੇ ਨੌਜਵਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਕਿ ਛੋਟੇ ਛੋਟੇ ਹਲੇ ਉਮਰਾਂ ਦੇ ਵਿੱਚ ਉਹ ਕਹਿੰਦਾ ਖੁਦ ਮੰਨ ਰਹੇ ਕਿ ਅਸੀਂ ਨਸ਼ਾ ਕਰਦੇ ਹਾਂ ਦੇਖੋ ਜੀ ਆਪਾਂ ਜਿੱਦਾਂ ਪਹਿਲੇ ਆਪਾਂ ਪਹਿਰਾ ਦਿੰਦੇ ਸੀ ਨਾ ਜੀ ਧੀ ਬਚਾਓ ਪੜ੍ਹਾਈ ਪੜ੍ਹਾਓ ਤੇ ਧੀ ਬਚਾਓ ਰੱਖਿਆ ਕਰੋ ਹੁਣ ਤਾਂ ਸਾਨੂੰ ਬੇਟਾ ਬਚਾਓ ਅਭਿਆਨ ਜਿਹੜਾ ਚਲਾਉਣੇ ਪੈਂਦੇ ਨਾ ਉਹ ਇਹੀ ਤਾਂ ਨਰਕ ਹੈ ਪਹਿਲੀਆਂ ਸਰਕਾਰਾਂ ਸੀ ਉਹਨਾਂ 'ਚ ਕਿਤੇ ਨਾ ਕਿਤੇ ਨਸ਼ਾ ਜਿਹੜਾ ਵਿਕਦਾ ਸੀ ਨਾ ਆਪਾਂ ਉੱਥੇ ਸਾਰੇ ਲੋਕ ਪਹਿਰਾ ਦਿੰਦੇ ਸੀ ਉਹ ਲੋਕ ਡਰਦੇ ਸੀ ਉਹ ਕਰਦੇ ਸੀ ਜਿੱਦਾਂ ਦੀ ਆਪ ਸਰਕਾਰ ਆਈ ਹੈ ਨਿਧਾਤੀ ਕਰ ਦਿੱਤੀ ਹੈ ਇਹ ਤੇ ਗਲੀ ਗਲੀ ਘਰ ਘਰ ਨਸ਼ਾ ਵਿਕਾਉਣ ਡਈ ਹੈ ਬਹੁਤ ਜੀ ਉਹ ਉਹਨਾਂ ਕੋਲ ਗੋਲੀ ਲੈਂਦੇ ਨੇ ਕਣਕ ਦਾ ਮੋਟਾ ਦਾਣਾ ਜਿਹੜਾ ਹੁੰਦਾ ਨਾ ਉਹਦੇ ਜਿਹੜਾ ਇੱਕ ਦਾਣਾ ਹੁੰਦਾ ਉਹੀ ਇੱਕ ਕਮੇਟੀ ਬਣਦੇ ਨੇ 100-100 ਰੁਪਇਆ ਇਕੱਠਾ ਕਰਦੇ ਨੇ ਉਹੀ ਪਾਣੀ ਨਾਲ ਗਰਮ ਕਰਕੇ ਚਮਚੇ ਦੇ ਵਿੱਚ ਉਹੀ ਇਹ ਗਰਮ ਕਰਕੇ ਉਹੀ ਡੋਜ ਜ਼ਿਆਦਾ ਬਣਾ ਲੈਂਦੇ ਨੇ ਉਹਦੇ ਨਾਲ ਹੀ ਬਾਅਦ ਚੋਂ ਮੈਂ ਕਹੀ ਇੱਦਾਂ ਦੇ ਬੱਚੇ ਨੇ ਜਿਹੜੇ ਕਿ ਮੈਂ ਆਪ ਮਰਦੇ ਬਜਾਏ ਮਾਮਲਾ ਆਇਆ ਸੀਗਾ ਜੀ ਇਹ ਜੀ ਮੈਨੂੰ 20-25 ਮਿੰਟ ਪਹਿਲੇ ਜਦੋਂ ਮੇਰੇ ਛੋਟੇ ਬ੍ਰਦਰ ਨੇ ਫੋਨ ਕੀਤਾ ਕਿ ਵੀ ਦੁਕਾਨ ਤੇ ਅੱਜ ਅਸੀਂ ਚੋਰ ਫੜੇ ਨੇ ਫਿਰ ਮੈਂ ਆਪਣੀ ਹੁਣ ਤੁਸੀਂ ਮੋਹਦਵਾਰ ਬੰਦੇ ਹੋ ਇਲਾਕੇ ਦੇ ਤੁਹਾਡੇ ਘਰਾਂ ਦੇ ਵਿੱਚ ਏਦਾਂ ਦੀਆਂ ਘਟਨਾਵਾਂ ਏਦਾਂ ਬੰਦੇ ਵੜਦੇ ਨੇ ਲੁਟੇਰੇ ਵੜਦੇ ਨੇ ਕਿਵੇਂ ਦੇਖਦੇ ਹੋ ਅਸੀਂ ਤੇ ਜੀ ਪ੍ਰਸ਼ਾਸਨ ਦੀ ਢੇਲੇ ਪ੍ਰਸ਼ਾਸਨ ਨੂੰ ਤੇ ਕੋਈ ਵੀ ਕੰਮ ਕਹੀਏ ਨਾ ਜਾ ਕੇ ਉਹ ਕਹਿੰਦੇ ਨੇ ਜੀ ਉਹ ਰਹਿਣ ਦੇ ਤੇਰੀ ਜ਼ਿੰਦਗੀ ਖਰਾਬ ਹੋ ਜਾਣੀ ਉਹ ਏਦਾਂ ਹੋ ਜਾਣਾ ਅਸੀਂ ਕਹਿੰਦੇ ਹਾਂ ਕਿ ਜਿਹੜਾ ਮੈਂ ਜੁਰਮ ਕੀਤਾ ਨਾ ਮੇਰੇ ਲਈ ਅੱਜ ਕਾਨੂੰਨ ਹੈਗਾ ਜਿਹੜਾ ਬੰਦਾ ਜੁਰਮ ਅਸਲੀ ਕਰ ਰਿਹਾ ਨਾ ਉਹਦੇ ਲਈ ਤਾਂ ਜੁਰਮ ਹੀ ਨਹੀਂ ਹੈਗਾ ਅਸੀਂ ਜਾ ਕੇ ਗੱਲ ਕਰਨੇ ਉਹ ਕਹਿੰਦੇ ਤੁਸੀਂ ਕੀ ਲੈਣਾ ਜੀ ਇਹਨਾਂ ਲੋਕਾਂ ਤੋਂ ਤੁਸੀਂ ਛੱਡੋ ਪਰੇ ਆਪਣੇ ਘਰਾਂ ਨੂੰ ਜਾਓ ਪ੍ਰਧਾਨ ਆ ਸੋਸ਼ਲ ਵਰਕਰ ਆ ਜੇ ਬਾਬਾ ਸਾਹਿਬ ਨੇ ਸਾਨੂੰ ਕਲਮ ਦਿਮਾਗ ਦਿੱਤਾ ਨਾ ਤੇ ਇਸੇ ਵਰਗੇ ਦਿੱਤਾ ਤੇ ਸਾਡੀ ਨਸਲ ਖਤਮ ਹੋਣ ਡਈ ਹੈ ਜੀ ਆਪਾਂ ਧੀ ਵੀ ਬਚਾਣੀ ਹੈ ਤੇ ਪੁੱਤਰ ਵੀ ਬਚਾਣੇ ਨੇ ਪੁੱਤਰ ਜਿਹੜੇ ਗੱਭਰੂ ਪਹਿਲੇ ਜਿੰਮਾਂ 'ਚ ਜਾਂਦੇ ਸੀ ਤਾਂ ਪਤਾ ਲੱਗਦਾ ਸੀ ਢਾਡੇ ਵਰਗੇ ਗੱਭਰੂ ਨਾਲ ਖਲੋਤੇ ਹੁੰਦੇ ਸੀ ਅੱਜ ਤਾਂ ਸਾਡੇ ਬੱਚੇ ਜਿਹੜੇ ਨੇ ਇਕੱਠੇ ਹੋਏ ਜਿੰਮਾਂ ਦੇ ਵਿੱਚ ਗਿਣਤੀ ਘੱਟ ਗਈ ਤੇ ਨਸ਼ੇ ਵੱਧ ਗਈ ਹਾਂਜੀ ਸਰਿੰਜ ਵੱਧ ਗਈ ਹੈ ਨਸ਼ਾ ਵੱਧ ਗਿਆ ਤਸਕਰ ਵੱਧ ਗਏ ਨੇ ਪਰ ਜਿੰਮਾਂ ਦੇ ਵਿੱਚ ਗਿਣਤੀ ਘੱਟ ਗਈ ਹੁਣ ਇਹਨਾਂ ਵੱਲੋਂ ਇੱਕ ਆ ਕਹਿ ਰਿਹਾ ਕਿ ਮੈਂ ਉਹ ਲੜਕਾ ਵਿਚਲਾ ਕਹਿ ਰਿਹਾ ਕਿ ਮੈਂ ਨਹੀਂ ਕੀਤੀ ਮੁੰਡਾ ਕਹਿੰਦਾ ਤੇ ਦੂਜਾ ਨਾਲ ਲੈ ਕੇ ਆਇਆ ਚੋਰ ਦਾ ਸਾਥੀ ਚੋਰ ਹੈ ਇਹ ਮੰਨੇ ਨੇ ਕਿ ਆਪਾਂ ਚੋਰੀ ਕੀਤੀ ਹੈ ਇਹਨਾਂ ਤਿੰਨਾਂ ਨੇ ਨਸ਼ਾ ਕੀਤਾ ਜਿੰਨੇ ਪੈਸੇ ਇਹਨਾਂ ਕੋਲ ਹੈਗੇ ਸੀ ਉਹਦੇ ਵਿੱਚੋਂ ਜਿਹੜੇ ਵੀ ਇਹਨਾਂ ਨੇ ਵਰਤੇ ਨੇ ਤਿੰਨਾਂ ਨੇ ਵਰਤੇ ਨੇ ਤਿੰਨਾਂ ਨੇ ਉਹੀ ਗੱਲ ਆ ਕੇ ਡੋਜ ਜਿਹੜੀ ਲਾਈ ਹੈ ਨਾ ਉਹ ਇਹਨਾਂ ਨੇ ਬਰਾਬਰ ਕੀਤੀ ਹੈ ਔਰ ਬਰਾਬਰ ਦੇ ਭਾਈਦਾਰ ਨੇ ਜਿਹੜਾ ਇਹਨਾਂ ਦੇ ਨਾਲ ਵਿਕਾਉਣ ਗਿਆ ਉਹ ਮੁੰਡਾ ਵੀ ਇਹਨਾਂ ਦਾ ਬਰਾਬਰ ਦਾ ਭਾਈਵਾਲ ਹੈ ਉਹ ਵੀ ਚਿੱਟਾ ਪੀਂਦਾ ਜਿਹੜੀ ਬੀਬੀ ਨੇ ਇਹਨਾਂ ਕੋਲ ਸਿਲੰਡਰ ਲਿਆ ਜਿਹੜੀ ਲੇਡੀਜ਼ ਨੇ ਇਹਨਾਂ ਕੋਲ ਸਿਲੰਡਰ ਖਰੀਦਿਆ ਹਾਂਜੀ ਉਹ ਕਿੱਥੇ ਦੇ ਰਹਿਣ ਵਾਲੇ ਉਹ ਵੀ ਭਾਰੋ ਕੈਂਪ ਜੀ ਇੱਥੇ ਉਹ ਬਿਹਾਰ ਦੇ ਪ੍ਰਵਾਸੀ ਨੇ ਉਹਨਾਂ ਨੇ ਦੇਖੋ ਜੀ ਪੰਜਾਬ ਦੇ ਲੋਕ ਗਰਗ ਹੋ ਰਹੇ ਨੇ ਨਸ਼ੇ ਨਾਲ ਜਿਹੜੇ ਪ੍ਰਵਾਸੀ ਲੋਕ ਨੇ ਉਹ ਸਾਡੇ ਪੰਜਾਬੀਆਂ ਤੋਂ ਨਸ਼ੇ ਦੀ ਆੜ ਦੇ ਵਿੱਚ ਆਪਣੀ ਚੀਜ਼ਾਂ ਬਣਾ ਰਹੇ ਨੇ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਨਾ ਚਾਹੇ ਥਾਣਾ ਪੰਜਾਬ ਦੀ ਯੂਥ ਹੈ ਜਿਹੜੀ ਉਹ ਆਪਣੇ ਆਪ ਹੀ ਪੰਜਾਬ ਨੂੰ ਜਿਹੜਾ ਇਕੱਠੀ ਹੋ ਗਈ ਨੁਕਸਾਨ ਕਰ ਉਹ ਇਕੱਠੀ ਹੋ ਗਈ ਹੈ ਉਹ ਤੁਰਨ ਫਿਰਨ ਜੋਗੀ ਨਹੀਂ ਰਹੀ ਮਾਨਸਿਕ ਤੌਰ ਤੇ ਉਹ ਜਿਹੜੇ ਕਿ ਡੈਡ ਹੋ ਗਏ ਜੀ ਇਹੀ ਕਾਰਨ ਤਾਂ ਨਹੀਂ ਜਿਹੜੇ ਪੰਜਾਬ ਦੇ ਯੂਥ ਨੌਜਵਾਨ ਬਾਹਰ ਨੂੰ ਜਿਹੜੇ ਜਾ ਰਹੇ ਨੇ ਕਿ ਨਸ਼ਾ ਪੰਜਾਬ ਦੇ ਵਿੱਚ ਬੜਾ ਵੱਧ ਰਿਹਾ ਦੇਖੋ ਜੀ ਹਰ ਬੱਚਾ ਸੋਚਦਾ ਕਿ ਮੈਂ ਆਪਣੇ ਬਾਪ ਮਾਂ ਬਾਪ ਲਈ ਕੰਮ ਕਰਾਂ ਬਾਪ ਤੇ ਮਾਂ ਕਹਿੰਦੀ ਹੈ ਕਿ ਸਾਡਾ ਬੱਚਾ ਜੰਮ ਵਾਲਿਆ ਤੇ ਆਪਾਂ ਹੁਣ ਇੱਥੇ ਖਤਰਾ ਹੈ ਤਾਂ ਬਾਹਰ ਜਿਹੜੇ ਲੋਕ ਆਪਣੇ ਜਿਹੜੀ ਕਿ ਸਟੱਡੀ ਫੇਸ ਤੇ ਬਾਹਰ ਜਾ ਰਹੇ ਨੇ ਬਿਜ਼ਨਸ ਤੌਰ ਤੇ ਬਾਹਰ ਜਾ ਰਹੇ ਨੇ ਸਾਡੀ ਜਿਹੜੀ ਇੱਥੋਂ ਗਿਣਤੀ ਘਟਦੀ ਪਈ ਹੈ ਨਾ ਉਹ ਇਹੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਗਲੀ ਗਲੀ ਘਰ ਘਰ ਦੇ ਵਿੱਚ ਜਿਹੜਾ ਨਸ਼ਾ ਵੜ ਗਿਆ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਸਭ ਤੋਂ ਜ਼ਿਆਦਾ ਢਿੱਲ ਆਪ ਨੂੰ ਹੋਈ ਹੈ ਆਪ ਸਰਕਾਰ ਦੇ ਲੀਡਰ ਆਪ ਸਰਕਾਰ ਜਿਹੜੀ ਪ੍ਰਸ਼ਾਸਨ ਹੈ ਇਹ ਪੂਰਾ ਇੰਤਜ਼ਾਮ ਕਰੇ ਤਾਂ ਬਹੁਤ ਜਿੱਦਣਾ 'ਚ ਨਸ਼ਾ ਖਤਮ ਹੁੰਦਾ ਮੈਂ ਔਰ ਮੇਰੇ ਦੋਸਤ ਅੱਜ ਦੁਨੀਆਂ 'ਤੇ ਨਹੀਂ ਹੈਗੇ ਰਮੇਸ਼ ਕਰਮਵੀਰ ਜੀ ਆਪਾਂ ਸਨ 2005 ਵਿੱਚ 6 ਵਿੱਚ 7 ਵਿੱਚ ਆਪਾਂ ਨਸ਼ੇ ਦੇ ਖਿਲਾਫ਼ ਬਹੁਤ ਵੱਡਾ ਮੂਹਮ ਖੇਡੀ ਹੋਈ ਸੀ ਆਪਾਂ ਤੇ ਘਰ ਘਰ ਜਾ ਕੇ ਘਰ ਘਰ ਲੋਕਾਂ ਨੂੰ ਜੋੜ ਕੇ ਨਸ਼ਾ ਜਿਹੜਾ ਪ੍ਰਸ਼ਾਸਨ ਵੀ ਆ ਚੁੱਕਾ
ਸੋ ਗੁਰਬਚਨ ਜੱਲਾ ਜੀ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ। ਸੋ ਦੇਖ ਸਕਦੇ ਹੋ ਕਿ ਇਸ ਇਲਾਕੇ ਦੇ ਮੋਹਰਵਾਰ ਵੀ ਨੇ। ਸੋ ਕਾਂਗਰਸ ਪਾਰਟੀ ਦੀ ਦੇਖ ਸਕਦੇ ਮੋਕੇ ਦੇ ਥਾਣਾ ਭਾਰਗੋ ਕੈਂਪ ਤੋਂ ਪੁਲਿਸ ਆਈ ਹੈ, ਪੀਸੀਆਰ ਟੀਮ ਆ ਚੁੱਕੀ ਹੈ। ਸੋ ਇਹਨਾਂ ਲੜਕਿਆਂ ਦੇ ਉੱਪਰ ਇਲਜ਼ਾਮ ਹੈ ਜੀ, ਇਹਨਾਂ ਨੇ ਸਿਲੰਡਰ ਜਿਹੜਾ ਘਰੋਂ ਚੱਕਿਆ ਉਹ ਨਸ਼ੇ ਦੇ ਕਰਕੇ ਜਿਹੜੀ ਵਾਰਦਾਤ ਛੋਟੇ ਬ੍ਰਦਰ ਦੀ ਦੁਕਾਨ ਹੈ, ਥੱਲੇ ਫਲੂਟ ਕਰਦੇ ਨੇ ਸਾਡੇ ਜੀਜੇ ਦੀ ਸਾਰੀ ਬਿਲਡਿੰਗ ਹੈ, ਉਹਨਾਂ ਦੇ ਕਿਰਾਏਦਾਰ ਹੈਗੇ ਸਾਡੀ ਦੁਕਾਨ। ਉਹ ਆਪਣੇ ਕੰਮਾਂ ਕਾਜਾਂ ਨੂੰ ਤੁਰ ਗਏ। ਹੁਣ ਮੁੰਡਿਆਂ ਨੂੰ ਪਤਾ ਸੀ ਕਿ ਇਹ ਜਿਹੜੇ ਬੰਦੇ ਨੇ ਇਹ ਕੰਮਾਂ ਤੇ ਤੁਰ ਜਾਂਦੇ ਨੇ। ਉਹ ਤੋਂ ਬਾਅਦ ਇਹਨਾਂ ਨੇ ਤਾਕ ਰੱਖੀ, ਇਹਨਾਂ ਤਿੰਨਾਂ ਨੇ ਆਣ ਕੇ ਉੱਥੋਂ ਤਾਲਾ ਤੋੜਿਆ, ਤਾਲਾ ਤੋੜ ਕੇ ਸਿਲੰਡਰ ਕੱਢਿਆ, ਕਿਤੇ ਹੋਰ ਜਗ੍ਹਾ 'ਤੇ ਚਾਰ ਰੱਖ ਕੇ ਬਾਅਦ 'ਚ ਸੇਲ ਕਰਕੇ ਆਏ ਨੇ। ਇੱਕ ਬਿਹਾਰ ਦੀ ਪ੍ਰਵਾਸੀ ਮੈਡਮ ਹੈ ਲੇਡੀ, ਉਹਨੂੰ ਦੇ ਕੇ ਆਏ ਨੇ, ਜਿਹਦੇ ਵਿੱਚ ਮੁੰਡਾ ਇੱਕ ਹੋਰ ਇਹਨਾਂ ਦੇ ਨਾਲ ਹੋ ਰਿਹਾ ਹੈਗਾ, ਉਹ ਉਹਨੂੰ ਨਾਲ ਲੈ ਕੇ ਗਿਆ। ਜਿੰਨੇ ਮੁਕਾਇਆ 1400 'ਚ ਮੁਕਾਇਆ। ਇਹ ਮੰਨ ਗਏ ਨੇ ਕਿ ਆਪਾਂ ਸਿਲੰਡਰ ਚੋਰੀ ਕੀਤਾ, ਨਸ਼ਾ ਵੀ ਕੀਤਾ, ਉਹਨੂੰ ਪੈਸੇ ਭਾਈ ਜਾਂਦੇ ਨੇ। ਇਹਨਾਂ 'ਤੇ ਬੰਦੀ ਕਾਰਵਾਈ ਕੀਤੀ ਜਾਏ, ਉਸ ਲੇਡੀ 'ਤੇ ਵੀ ਬੰਦੀ ਕਾਰਵਾਈ ਕੀਤੀ ਹੈ, ਜਿਹੜਾ ਇਹਨਾਂ ਵਿੱਚ ਚੌਥਾ ਮੁੰਡਾ ਨਾ ਉਹਦੇ 'ਤੇ ਵੀ ਬੰਦੀ ਕਾਰਵਾਈ ਕੀਤੀ ਜਾਏ। ਕਿਉਂ ਇਹ ਤਾਂ ਗਲੀ ਗਲੀ ਜਾਣਗੇ, ਅੱਜ ਇਹਨਾਂ ਨੂੰ ਛੱਡ ਦਿੰਦੇ ਹਾਂ ਤਾਂ ਸੱਪ ਨੇ ਇਹਨਾਂ 'ਤੇ ਡੰਗ ਮਾਰਨੇ ਮਾਰਨਾ। ਭਾਈ ਛੋਟਾ ਡੰਗ ਮਾਰੇ ਤੇ ਭਾਵੇਂ ਵੱਡਾ ਡੰਗ, ਡੰਗ ਇਹਨਾਂ ਨੇ ਮਾਰਨੇ ਮਾਰਨੇ। ਆਪਣੇ ਘਰਾਂ ਨੂੰ ਡੰਗ ਮਾਰੇ ਨੇ, ਹੁਣ ਇਹ ਸਮਾਜ 'ਚ ਵਿਹੜੇ ਮਹੱਲੇ 'ਚ ਦਿੱਲੀਆਂ 'ਚ ਮਾਰਦੇ ਪੈਣੇ। ਜਿਹੜਾ ਚੀਜ਼ ਸੀ ਨਾ ਉਹ 'ਚ ਵੀ ਸੱਪਾਂ ਜਾਣਗੇ, ਕਿੱਥੋਂ ਭਰੇ ਨੇ ਨਸ਼ਾ ਕਰਕੇ ਆਏ ਨਾ ਉੱਥੇ ਪਾਗਲ ਹੋ ਗਏ ਸੀ ਉਹਨੇ ਚਲਾਓ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੇ ਲੜਕਿਆਂ ਨੂੰ ਫੜਿਆ ਗਿਆ ਤੇ ਉਹਨਾਂ ਨੂੰ ਪੁਲਿਸ ਥਾਣੇ ਲੈ ਕੇ ਜਾ ਰਹੀ ਹੈ। ਭਾਰੂ ਕੈਂਪ ਥਾਣੇ ਦੀ ਪੁਲਿਸ ਆਈ ਹੋਈ ਤੈਨੂੰ ਮੈਂ ਕੀ ਕਿਹਾ ਸੀਗਾ, ਕੀ ਕਿਹਾ ਸੀ ਭਲਾ? ਆਖਿਆ ਕੀ ਨਾ ਤੇ ਫਿਰ ਤੂੰ ਕੀ ਗੁਰਦੂਤ ਕੀਤੀ ਹੈ? ਕੀ ਗੁਰਦੂਤ ਕੀਤੀ ਆ? ਤੇ ਉਹ ਇੰਨੇ ਜੋਗਾ ਹੈ ਆਪਣੇ ਸੇਮੀ ਦਾ ਮੁੰਡਾ ਰਾਜੂ ਕੌਣ? ਨਹੀਂ ਉਹ ਵੀ ਤੁਹਾਡੇ ਨਾਲ ਹੀ ਹੁੰਦਾ, ਤੁਹਾਡੇ ਨਾਲ ਹੀ ਹੁੰਦਾ। ਨਹੀਂ ਨਹੀਂ ਉਹ ਕੰਮ ਦੇ ਚਾਹੀਦੇ ਆ। ਉਹ ਭਾਈ ਉਹਨੇ ਕੀ ਕੀਤਾ, ਸਕੂਟਰੀ ਲੈ ਕੇ ਨਾ ਇਹਨਾਂ ਨੂੰ ਵੇਚਣ ਗਿਆ ਸਿਲੰਡਰ ਇਹਨਾਂ ਦੇ ਨਾਲ। ਉਹ ਵੀ ਚਿੱਟਾ ਪੀਂਦਾ। ਸਾਡੀ ਬੇਨਤੀ ਹੈ ਭਾਰੂ ਕੈਂਪ ਵੱਲੋਂ, ਸਾਡੇ ਸਤਿਗੁਰੂ ਕਬੀਰ ਸਾਹਿਬ ਦਾ ਪੰਜਾਬ ਵੱਲੋਂ ਕਾਂਗਰਸ ਕਮੇਟੀ ਵੱਲੋਂ ਕਿ ਸੀਪੀ ਸਾਹਿਬ ਆਪਣੇ ਥਾਣਿਆਂ ਨੂੰ ਹਦਾਇਤ ਦੇਣ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ 'ਤੇ ਵੀ ਪਰਚਾ ਦੇਵੋ, ਜਿਹੜਾ ਵੇਚਦਾ ਪਿਆ ਉਹਦੇ 'ਤੇ ਵੀ ਦੇਵੋ। ਅੱਜ ਬੇਟੀ ਬਚਾਓ ਤੇ ਬੇਟਾ ਬਚਾਓ ਸਾਨੂੰ ਕਿਉਂ ਕਹਿਣੇ ਪੈਂਦਾ ਪਿਆ? ਸਾਡੇ ਘਰ ਜਿਹੜੇ ਖਾਲੀ ਹੋ ਗਏ ਨੇ, ਖਾਲੀ ਘਰ ਹੋਣ ਕਰਕੇ ਸਾਨੂੰ ਲੱਭਦਾ ਕੱਖ ਨਹੀਂ ਪਿਆ। ਤੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹ ਆਪਣੀਆਂ ਬਿਲਡਿੰਗਾਂ ਬਣਾਈ ਜਾਂਦੇ ਨੇ, ਆਪਣਾ ਕਾਰੋਬਾਰ ਵਧਾਈ ਜਾਂਦੇ ਨੇ, ਕਿਉਂਕਿ ਸਾਡੇ ਲੋਕ ਜਿਹੜੇ ਨੇ ਇਹ ਘਰਾਂ ਤੋਂ ਖਾਲੀ ਹੋ ਗਏ ਨੇ ਤੇ ਨੋਟਾਂ ਦੇ ਨਾਲ ਉਹਨਾਂ ਦੇ ਬੈਂਕ। ਕੁਛ ਟਾਈਮ ਪਹਿਲਾਂ SHO ਸਾਹਿਬ ਆਏ ਸੀ ਇੱਥੇ ਥਾਣੇ ਦੇ ਵਿੱਚ, ਭਾਰੂ ਕੈਂਪ ਦੇ ਲੜਕੇ ਟੀਕਾ ਲਾਉਂਦੇ ਨੇ, ਉਹਨਾਂ ਨੂੰ ਫੜੇ ਵੀ ਸੀ ਬੰਦੇ, ਉਹਨਾਂ ਨੇ ਫੜੇ ਵੀ ਸੀ। ਉਹ ਮੈਂ ਗੌਰਵ ਜੀ ਪਹਿਲੇ ਵੀ ਗਿਆ, ਜਦੋਂ ਨਸ਼ਾ ਵੇਚਣ ਵਾਲਾ ਉੱਥੇ ਜਿਹੜੇ ਸਾਡੇ ਲੀਡਰ ਨੇ ਆਪਦੇ ਜਿਹੜੇ ਲੀਡਰ ਨੇ ਉਹ ਪੁੱਛਣ ਦੇ ਨੇ ਓਏ ਕੌਣ ਵੇਚਦਾ ਨਸ਼ਾ, ਉਹਨਾਂ ਨੂੰ ਨੀ ਪਤਾ। ਜਦੋਂ ਸਾਡੇ ਨਾਲ ਖਲੋਂਦੇ ਨੇ ਉਦੋਂ ਕਹਿੰਦੇ ਨੇ ਜੀ ਇਹ ਬੰਦਾ ਨਸ਼ਾ ਵੇਚਦਾ, ਤੇ ਜਦੋਂ ਆਪੀ ਖਲੋਂਦੇ ਤਾਂ ਉਦੋਂ ਲੋਕਾਂ ਨੂੰ ਪੁੱਛਣ ਦੇ ਨੇ। ਯਾਨੀ ਕਿ ਹਰ ਬੰਦੇ ਤੁਸੀਂ ਇੱਕ ਪਹਿਲੀ ਗੱਲ ਤੇ ਡਿਟੇਲ ਕਢਾਓ, ਹਰ ਮੋਬਾਈਲ ਦੇ ਵਿੱਚ ਹਰ ਤਸਕਰ ਦਾ ਨੰਬਰ ਹੈ, ਥਾਣਾ ਕਢਾਓ, ਪੂਰੇ ਜ਼ਿਲ੍ਹੇ ਦੀ ਜਿਹੜਾ ਪ੍ਰਸ਼ਾਸਨ ਹੈਗਾ ਉਹਦੀ ਤੁਸੀਂ ਡਿਟੇਲ ਕਢਾਓ, ਸਾਰਿਆਂ ਦੇ ਨੰਬਰ ਕੋਲਾਂ ਤੁਸੀਂ ਚੈੱਕ ਕਰ ਲਓ, ਹਰ ਬੰਦੇ ਨੂੰ ਹਰ ਜਗ੍ਹਾ ਤੇ ਆਪਣਾ ਆਪਣਾ ਹਿੱਸਾ ਮਿਲਦਾ ਪਿਆ। ਇਸ ਕਰਕੇ ਅਸੀਂ ਚਾਹੁੰਦੇ ਹਾਂ ਹਿੱਸਿਆਂ ਦੇ ਵਿੱਚ ਨਾ ਪਵੋ, ਇਨਸਾਨੀਅਤ ਦੇ ਨਾਤੇ ਜੋ ਸਾਡਾ ਬੰਦਾ ਨਾ ਉਹ ਕਰੋ, ਸਾਡੇ ਬੱਚੇ ਬਚਾਓ। ਜੱਲਾ ਜੀ ਤੁਸੀਂ ਇੰਨੀਆਂ ਗੱਲਾਂ ਦੱਸ ਰਹੇ ਹੋ ਕਿ ਇੱਥੇ ਇਹ ਬੰਦਾ ਵੇਚਦਾ, ਉਜਾਗਰ ਕਿਉਂ ਨੀ ਕਰ ਰਹੇ ਤੁਸੀਂ? ਕਿਹੜੇ ਬੰਦੇ ਨੇ, ਕੀ ਨਾਮ ਨੇ ਉਹਨਾਂ ਦੇ, ਕੌਣ ਹੈਗੇ ਆ? ਜਦੋਂ ਪੁਲਿਸ ਸੀ ਉਹਨਾਂ ਦੇ ਨਾਲ ਖਲੋਤੀ ਸੀ, ਜਾ ਕੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਖਲੋਤੀ ਸੀ।
ਚਾਹੇ ਉਹ ਲੀਡਰ ਕਿਸੇ ਪਾਰਟੀ ਦੇ ਵੀ ਹੋਣ, ਕੋਈ ਵੀ ਵੇਚਦਾ ਹੋਵੇ, ਉਹਨੇ ਉਜਾਗਰ ਤਾਂ ਕਰੋ ਕਿਹੜੇ ਵਿਅਕਤੀ ਵੇਚ ਰਹੇ ਨੇ ਇਹ ਜੀ ਮੌਕਾ ਆਉਂਦੇ ਜੀ ਸਾਰਾ ਕੁਝ ਜੇ ਬਾਕੀ ਤਲਾਬ ਗੰਦਾ ਤਾਂ ਤੁਸੀਂ ਤੇ ਸਾਫ਼ ਕਰ ਸਕਦੇ ਹੋ। ਅਸੀਂ ਜੀ ਇੰਨੇ ਸਾਲਾਂ ਤੋਂ ਜੇ ਅਗਰ ਕਿਤੇ ਨਾ ਕਿਤੇ ਬਚਾਅ ਕੀਤਾ ਤਾਂ ਨਾ ਭਾਰੋ ਕਹਿੰਦਾ ਬਲਾ ਤੇ ਤਾਂ ਨਸ਼ਾ ਘਾ ਘਾਟੇ ਹੁੰਦੇ ਇਹਨਾਂ ਜਿਹੜਾ ਆਪ ਵਾਲਿਆਂ ਨੇ ਜਿਹੜੇ ਇਹਨਾਂ ਦੇ ਲੀਡਰ ਉੱਤੇ ਆ ਗਏ ਨੇ ਪਹਿਲੇ ਪਾਈਆ ਪਕਾਉਂਦੇ ਅਸੀਂ ਹੁਣ ਅੱਧਾ ਕਿਲੋ ਪਕਾਉਂਦੇ ਉਹਨਾਂ ਨੂੰ ਅੱਗੇ ਪੌਣਾ ਕਿਲੋ ਉਹ ਨਸ਼ਾ ਕੌਣ ਪੀਣ ਦੇਣਾ ਸਾਡੇ ਬੱਚੇ ਅਸੀਂ ਭਾਰੋ ਕਹਿ ਗੰਦਾ ਨੀ ਹੁੰਦਾ ਜਿੰਨੀ ਗੰਦਗੀ ਇਹਨਾਂ ਨੇ ਪਾਣੀ ਹੀ ਪਾਲੀ ਹੈ ਹੁਣ ਇਹਨਾਂ ਤੇ ਨਾਥੀ ਪਾਣੀ ਹੈ। ਠੀਕ ਹੈ ਜੀ ਦੇਖ ਸਕਦੇ ਤਸਵੀਰਾਂ ਦੇ ਵਿੱਚ ਲਾਈਕ ਤਸਵੀਰਾਂ ਦਾ ਨਾਲ ਸਾਂਝੇ ਕਰ ਰਹੇ ਹਾਂ ਭਾਰੂ ਕੈਂਪ ਜਿੱਥੇ ਕਿ ਤਿੰਨ ਜਿਹੜੇ ਮੁੰਡੇ ਲੋਕਾਂ ਨੂੰ ਫੜੇ ਗਏ ਜਿਹੜੇ ਕਿ ਸਿਲੰਡਰ ਚੋਰੀ ਕਰਕੇ ਅੱਗੋਂ ਵੇਚ ਕੇ ਆਏ ਸੀ ਤੇ ਜੋ ਲੜਕਿਆਂ ਵੱਲੋਂ ਜਿੱਦਾਂ ਕਿ ਬਿਆਨ ਕੀਤਾ ਗਿਆ ਕਿ ਅਸੀਂ ਨਸ਼ਾ ਕਰਨ ਵਾਸਤੇ ਜਿਹੜਾ ਝੂਟਾ ਲਾਉਂਦੇ ਹਾਂ ਝੂਟਾ ਪੀਣ ਵਾਸਤੇ ਜਿਹੜਾ ਕਿ ਸਿਲੰਡਰ ਚੋਰੀ ਕਰਕੇ ਵੇਚਦੇ ਸੀਗੇ ਸਿਲੰਡਰ ਜਿਹੜੇ ਚੋਰੀ ਕੀਤੇ ਉਹਦੇ ਪੈਸੇ ਦਾ ਜਿਹੜਾ ਨਸ਼ਾ ਕਰਨ ਵਾਸਤੇ ਕੀਤਾ ਸੀ ਮੌਕੇ 'ਤੇ ਜਿਹੜੀ ਪੁਲਿਸ ਵੀ ਪਹੁੰਚ ਗਈ ਹੈ ਸੋ ਇਹਨਾਂ ਵੱਲੋਂ ਜੋ ਦੱਸਿਆ ਗਿਆ ਕਿ ਇਹਨਾਂ ਨੇ ਸਿਲੰਡਰ ਚੋਰੀ ਕਰਨ ਤੋਂ ਬਾਅਦ ਇੱਕ ਲੇਡੀ ਨੂੰ ਵੇਚ ਕੇ ਆਏ ਸਤਿਗੁਰੂ ਕਬੀਰ ਸੇਵਾ ਦਲ ਦਾ ਨਾਲ ਹੀ ਦਫ਼ਤਰ ਹੈ ਤਾਂ ਇਹਨਾਂ ਦੇ ਦਫ਼ਤਰ ਦੇ ਬਿਲਕੁਲ ਨਾਲ ਦੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਜਿਹੜੇ ਕਿ ਕਾਫ਼ੀ ਲੋਕ ਵੀ ਇਕੱਠੇ ਹੋਏ ਨੇ ਔਰ ਤਿੰਨ ਲੜਕੇ ਜਿਹੜੇ ਮੌਕੇ ਦੇ ਲੈ ਫੜੇ ਗਏ ਆ ਜਿਹੜੇ ਕਿ ਚੋਰੀ ਕਰਕੇ ਵੇਚ ਕੇ ਆਏ ਸੀਗੇ ਉਹ ਮੌਕੇ ਤੇ ਜਿਹੜੀ ਕਿ ਥਾਣਾ ਭਾਰਗੜ੍ਹ ਦੀ ਪੁਲਿਸ ਆ ਉਹਨੂੰ ਥਾਣੇ ਲੈ ਕੇ ਜਾ ਰਹੀ ਤਿੰਨਾਂ ਲੜਕਿਆਂ ਨੂੰ ਮਹੱਲੇ ਦੇ ਲੋਕ ਆ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਉੱਪਰ ਵੀ ਕਾਫੀ ਜਿਹੜੇ ਇਲਜ਼ਾਮ ਲਗਾ ਰਹੇ ਕਿ ਜਦੋਂ ਦੀ ਸਰਕਾਰ ਆਈ ਹੈ ਉਦੋਂ ਦੇ ਇੱਥੇ ਨਸ਼ੇ ਬਹੁਤ ਜ਼ਿਆਦਾ ਪ੍ਰੋਗਰਾਮ 'ਚ ਹੋ ਗਏ ਆ ਆਸ ਪਾਸ ਦੇ ਲੋਕ ਜਿਹੜੇ ਇਕੱਠੇ ਹੋ ਚੁੱਕੇ ਨੇ ਉਹਨਾਂ ਨੇ ਜਿਹੜੇ ਤਿੰਨ ਬੰਦੇ ਆ ਫੜਵਾਏ ਆ ਹਾਂਜੀ ਸਰ ਕੀ ਮਾਮਲਾ ਥੋੜਾ ਦੱਸੋ ਜੀ ਮਾਮਲਾ ਤੁਹਾਨੂੰ ਪਤਾ ਹੀ ਆ ਨਹੀਂ ਹੁਣ ਕਿੰਨੇ ਬੰਦੇ ਰਾਊਂਡ ਅਪ ਲੈ ਕੇ ਚੱਲੇ ਤਿੰਨ ਬੰਦੇ ਕੀ ਇਲਜ਼ਾਮ ਕੀ ਸਰ ਇਹਨਾਂ ਦੇ ਚੋਰੀ ਦਾ ਚੋਰੀ ਦਾ ਕੀ ਚੋਰੀ ਕੀਤਾ ਸਰ ਇਹਨਾਂ ਨੇ ਸਿਲੰਡਰ ਚੋਰੀ ਕੀਤਾ ਸਿਲੰਡਰ ਚੋਰੀ ਕੀਤਾ ਚਿੱਟੇ ਦੇ ਕਰਕੇ ਘਟਨਾ ਨੂੰ ਅੰਜਾਮ ਦਿੰਦੇ ਆ ਸੋ ਦੇਖ ਸਕਦੇ ਤਸਵੀਰਾਂ ਦੇ ਵਿੱਚ ਚਿੱਟਾ ਜਿਹੜਾ ਭਾਰੂ ਕੈਂਪ ਜਿਹੜਾ ਬੁੱਢਾ ਮਾਲ ਗਰਾਊਂਡ ਦੇ ਕੋਲ ਜਿਹੜਾ ਤਿੰਨ ਮੁੰਡੇ ਜਿਹੜੇ ਫੜੇ ਆ ਨਸ਼ੇ ਦੇ ਕਰਕੇ ਜਿਹੜਾ ਕਿ ਇਹ ਚੋਰੀਆਂ ਕਰਦੇ ਸੀ ਤਾਂ ਜਿਹੜਾ ਉਹਨਾਂ ਨੂੰ ਮੌਕੇ 'ਤੇ ਫੜਿਆ ਗਿਆ ਸੋ ਲੜਕਿਆਂ ਨੇ ਆਪ ਆਪਣੇ ਵਿਆਹ 'ਚ ਦੱਸਿਆ ਕਿ ਨਸ਼ੇ ਦੀ ਜਿਹੜੀ ਪੂਰਤੀ ਸੀ ਉਹਨੂੰ ਪੂਰਾ ਕਰਨ ਵਾਸਤੇ ਜਿਹੜਾ ਕਿ ਇਹ ਚੋਰੀ ਕਰਦੇ ਸੀ ਔਰ ਜਿਹੜਾ ਸਿਲੰਡਰ ਇਹਨਾਂ ਨੇ ਵੇਚਿਆ ਉਸ ਤੋਂ ਬਾਅਦ ਉਹਦਾ ਹੀ ਜਿਹੜੇ ਉਹੀ ਪੈਸਿਆਂ ਦਾ ਇਹਨਾਂ ਨੇ ਨਸ਼ਾ ਕੀਤਾ ਸੋ ਮੌਕੇ 'ਤੇ ਜਿਹੜੀ ਭਾਰਤੀ ਪੁਲਿਸ ਇਹਨਾਂ ਨੂੰ ਥਾਣੇ ਲੈ ਕੇ ਜਾ ਰਹੀ ਹੈ ਸੋ ਇਹਨਾਂ ਹੀ ਤਸਵੀਰਾਂ ਨੂੰ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ ਇਸ ਮਾਮਲੇ ਕੋਈ ਹੋਰ ਅਪਡੇਟ ਆਉਂਦੀ ਤੁਹਾਡੇ ਨਾਲ ਦੁਬਾਰਾ ਫੇਰ ਰੂਬਰੂ ਹੁੰਦੇ ਹਾਂ ਤਦ ਤੱਕ ਜੋ ਇਜਾਜ਼ਤ ਧੰਨਵਾਦ।